ਰਾਜਵਿੰਦਰ ਕੌਰ ਹਾਂ। ਤੇ ਕੀ ਕਹਿਣਾ ਚਾਹੁੰਦੇ ਹੋ ਜੀ, ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ? ਤੁਸੀਂ ਵਾਈਫ ਹੋ ਜੀ ਉਹਨਾਂ ਦੀ? ਹਾਂਜੀ, ਮੈਂ ਵਾਈਫ ਉਹਨਾਂ ਦੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤੇ ਬਸ ਇਹੀ ਕਹਿਣਾ ਚਾਹੂੰਗੀ, ਉਹ ਬਹੁਤ ਚੰਗੇ ਇਨਸਾਨ ਆ, ਉਹ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਵੇ। ਪੱਤਰਕਾਰੀ ਦੇ ਤੌਰ ਤੇ ਵਿਚਰਦੇ ਹੀ, ਤੇ ਪੱਤਰਕਾਰੀ ਤੋਂ ਇਲਾਵਾ ਉਹ ਕੋਈ ਨਹੀਂ ਕੋਈ ਜਿਸ ਤਰ੍ਹਾਂ ਕਰਦੇ। ਜੋ ਅੰਮ੍ਰਿਤਪਾਲ ਦੇ ਨਾਲ ਵੀ ਰਹਿੰਦੇ ਸੀ, ਇੱਕ ਪੱਤਰਕਾਰੀ ਦੇ ਤੌਰ ਤੇ ਜਾਂਦੇ ਸੀ ਤੇ ਇੰਟਰਵਿਊ ਕਰਾਉਂਦੇ ਸੀ, ਸਾਰਾ ਕੁਝ ਕਰਦੇ ਸੀ। ਉਹ ਸਿਰਫ ਇੱਕ ਸਾਫ ਸੁਥਰਾ ਹੀ ਉਹਨਾਂ ਦਾ ਅਕਸ ਉਹ ਐਵੇਂ ਖਰਾਬ ਕਰ ਰਹੇ ਆ ਕਿ ਇਹ ਫੰਡਿੰਗ ਆ ਰਹੀ ਸੀ ਜਾਂ ਕੁਛ। ਇਸ ਤਰ੍ਹਾਂ ਦਾ ਕੋਈ ਰੋਲ ਨਹੀਂ ਉਹਨਾਂ ਨੇ, ਨਾ ਕਦੀ ਕੋਈ ਹਥਿਆਰ ਦੀ ਗੱਲ ਕੀਤੀ ਆ, ਨਾ ਹੀ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ। ਪਰ ਭੈਣ ਜੀ, ਪਿੱਛੇ ਵੀ ਤੁਹਾਡੇ ਬਾਰੇ ਇਸ ਤਰ੍ਹਾਂ ਖਬਰ ਆਈ ਸੀ ਕਿ ਤੁਸੀਂ ਛੱਡ ਗਏ, ਕਿ ਉਹਦੀ ਕੀ ਸੱਚਾਈ ਹੈ? ਹਾਂਜੀ, ਕੀ ਆਈ ਸੀ ਜਿਹੜੀ ਫੋਟੋ ਵਾਇਰਲ ਹੋਈ ਸੀ ਪਿੱਛੇ, ਕਿ ਬੇਟੇ ਨਾਲ ਵੀ ਗੱਲਬਾਤ ਕੀਤੀ, ਕਿ ਡਿਸਪਿਊਟ ਚੱਲ ਰਿਹਾ ਹੈ ਪਰਿਵਾਰ ਦੇ ਵਿੱਚ, ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਸੀ ਕਿ ਤੁਸੀਂ? ਵੇਖੋ ਜੀ, ਇਸ ਤਰ੍ਹਾਂ ਕਿ ਪੁਲਿਸ ਜਿਵੇਂ ਵਾਰ ਵਾਰ ਆ ਰਹੀ ਸੀ, ਪਰੇਸ਼ਾਨ ਕਰ ਰਹੀ ਸੀ, ਤੇ ਉਹਦੇ ਕਰਕੇ ਅਸੀਂ ਆਪ ਖੁਦ ਘਰੋਂ ਗਏ ਸੀ। ਤੇ ਜਿਵੇਂ ਕਿ ਜਿਵੇਂ ਜਾਂ ਸਿੱਖ ਸੰਗਤਾਂ ਵੱਲੋਂ ਆ ਜਾਂ ਕਿਸੇ ਵੱਲੋਂ ਵੀ ਆ, ਉਹ ਉਹਨਾਂ ਨੂੰ ਲੱਗਿਆ ਕਿ ਹੋ ਸਕਦਾ ਇਹ ਉਠਾ ਲਏ ਗਏ ਆ, ਤੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਤੇ ਬਾਕੀ ਜੋ ਜੋ ਜਿਵੇਂ ਰਿਸ਼ਤੇਦਾਰਾਂ ਕੋਲ ਜਾ ਰਹੇ ਸੀ, ਪੁਲਿਸ ਵਾਲੇ ਵਾਰ ਵਾਰ ਜਾਂਦੇ ਆ, ਉਹਨਾਂ ਨੂੰ ਪਰੇਸ਼ਾਨ ਕਰਦੇ। 2 ਦਿਨ ਮੇਰੇ ਭਰਾ ਨੂੰ ਵੀ ਰੱਖਿਆ ਉਹਨਾਂ ਨੇ, ਮਾਮਾ ਜੀ ਉਹਨਾਂ ਨੂੰ ਲੈ ਕੇ ਜਾਂਦੇ ਰਹੇ ਆ, ਪਰੇਸ਼ਾਨ ਕਰਦੇ। ਅੱਜ ਵੀ ਡੈਡੀ ਸਵੇਰ ਦੇ ਥਾਣੇ 'ਚ ਬੈਠੇ, ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ, ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਥਾਣੇ 'ਚ ਭਾਲਿਆ ਏ। ਹਾਂਜੀ, ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ? ਮੈਂ ਤੇ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੋ ਸਹੀ ਆ ਉਹ ਤੁਸੀਂ ਕਰੋ, ਨਜਾਇਜ਼ ਕੁਛ ਨਾ ਕਰੋ। ਇਹ NSA ਲਾ ਦੇਣਾ ਜਾਂ ਕੁਝ ਐਵੇਂ, ਜਦੋਂ ਕੋਈ ਗੁਰੂ ਘਰ ਕਿਤੇ ਜਾਂਦਾ, ਗੁਰੂ ਘਰ ਦੇ ਜਾਂਦਾ ਵਾ ਜਦੋਂ ਕੋਈ, ਉਹਦੇ 'ਤੇ ਕੇਸ ਨਹੀਂ ਪਾਏ ਜਾਂਦੇ। ਰੋਟੀ ਜੇ ਕੋਈ ਖਾਂਦਾ ਨਾ ਗੁਰੂ ਘਰ, ਉਹ 'ਤੇ ਕੇਸ ਨਹੀਂ ਪਾਏ ਜਾਂਦੇ। ਗੁਰੂ ਘਰ ਦੀ ਤਾਂ ਇਹ ਰੀਤ ਆ ਵੀ ਗੁਰੂ ਘਰ ਰੋਟੀ ਖਾ ਸਕਦਾ ਹਾਏ ਕੋਈ, ਤੇ ਇਹਨਾਂ ਨੇ ਉਹ ਕੇਸ ਕਿਵੇਂ ਪਾ? ਉਹ ਕਹਿੰਦੇ ਜੀ ਕਿ ਥਾਣੇ ਦੇ ਵਿੱਚ ਜਿਹੜੀ ਲੜਾਈ ਝਗੜਾ ਹੈ ਉਸ ਕਰਕੇ ਸੀ ਜਿਹੜਾ ਪਰਚਾ। ਉਹ ਜਿਵੇਂ ਬੱਪਲਪ੍ਰੀਤ ਸਿੰਘ ਦਾ ਕਹਿ ਰਹੇ ਨਾ ਕਿ ਉਹ ਥਾਣੇ ਦੇ ਵਿੱਚ ਹੈਗੇ ਸੀ, ਉੱਥੇ ਹੈਗੇ ਸੀ ਕਰਾਉ 'ਚ, ਉਹ ਉਸ ਟਾਈਮ 'ਤੇ ਨਹੀਂ ਹੈਗੇ ਸੀ। ਉਹ ਸ਼ਾਮ ਦੇ ਰਹਿਰਾਸ ਸਾਹਿਬ ਦਾ ਜਦੋਂ ਟਾਈਮ ਹੋਇਆ ਉਸ ਟਾਈਮ 'ਤੇ ਉੱਥੇ ਗਏ ਸੀ। ਉਹ ਬਕਾਇਦਾ ਮੈਂ ਤੁਹਾਨੂੰ ਮੈਸੇਜ, ਉਹ ਵੀ ਉਹਨਾਂ ਨੇ, ਉਹ ਵੀ ਉਹਨਾਂ ਦੇ ਅੰਮ੍ਰਿਤਪਾਲ ਹੋਣਾ ਕਿ ਚਾਚਾ ਜੀ ਨੇ ਆਖਿਆ ਸੀ ਕਿ ਤੁਸੀਂ ਆਓ, ਤੁਹਾਡੀ ਲੋੜ ਆ, ਅਤੇ ਇਸ ਕਰਕੇ ਉਦੋਂ ਗਏ ਸੀ। ਉਸ ਟਾਈਮ ਤੇ ਉੱਥੇ ਨਹੀਂ ਹੈਗੇ ਸੀ, ਇਹ ਨਜਾਇਜ਼ ਆ। ਜੇ ਇਹਨਾਂ ਨੂੰ ਲੱਗਦਾ ਕਿ ਉਹ ਇੱਥੇ ਹੈਗੇ, ਉਹ ਸਬੂਤ ਦੇਣ ਕਿ ਉੱਥੇ ਹੈਗੇ ਆ। ਤੁਸੀਂ ਸਬੂਤ ਰੱਖੋਗੇ ਪੁਲਿਸ ਦੇ ਅੱਗੇ ਇਹੀ ਸਾਰੇ ਜਿਹੜੇ ਹੈਗੇ ਆ ਕਿ ਪੱਪਲਪ੍ਰੀਤ ਹੋਰੀ? ਹਾਂਜੀ, ਮੰਮੀ ਜੀ ਤੇ ਉਹਨਾਂ ਦੇ ਫੋਨ ਤੇ ਵੌਇਸ ਮੈਸੇਜ ਆਏ ਸੀ ਕਿ ਮੈਂ ਅਜਨਾਲੇ ਨਹੀਂ ਜਾਣਾ, ਮੈਂ ਉੱਥੇ ਨਹੀਂ ਹੈਗਾ। 3:24 ਤੇ ਮੈਨੂੰ ਮੈਸੇਜ ਆਇਆ ਜਦੋਂ ਕਿ ਇਹ ਘਟਨਾ ਜਿਹੜੀ ਆ ਮੇਰੇ ਨਾਲ 1 ਵਜੇ ਤੱਕ ਹੋ ਚੁੱਕੀ ਸੀਗੀ, ਇਹ ਮੁੜ ਕੇ 5-6 ਵਜੇ ਗਿਆ ਜਦੋਂ, ਮਤਲਬ ਹਾਂ ਰਹਿ ਰਸਤੇ, ਬਸ ਜਦੋਂ ਲਿਖਤ ਪੜ੍ਹਤ ਕੋਈ ਹੋਈ ਉਦੋਂ ਹੀ ਉੱਥੇ ਹੈਗਾ ਸੀਗਾ। ਨਹੀਂ ਮੈਂ ਆ ਸਕਦਾ, ਮੈਂ ਤੇ ਅੱਜ ਅਜਨਾਲੇ ਨਹੀਂ ਜਾਣਾ, ਅਜਨਾਲੇ ਨਹੀਂ ਜਾਣਾ ਮੈਂ ਬਸ ਇਹੀ ਆ ਕਿ ਬਸ ਸਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਕੀਤਾ ਜਾਵੇ, ਕਿਸੇ ਤਰ੍ਹਾਂ ਦਾ ਕੋਈ ਤਸੱਦਦ ਨਾ ਢਾਇਆ ਜਾਵੇ, ਕਿਉਂਕਿ ਤਸੱਦਦ ਵਾਲਾ ਉਹਨਾਂ ਕੋਈ ਕੰਮ ਕੀਤਾ ਨਹੀਂ। ਬਸ ਇਹੋ ਪ੍ਰਸ਼ਾਸਨ ਨੂੰ ਬੇਨਤੀ ਆ, ਲੋਕ ਭਲਾਈ ਕਰਦੇ ਸੀ, ਲੋਕ ਭਲਾਈ ਕਰਦੇ ਸੀ, ਬੱਚਿਆਂ ਦੀਆਂ ਫੀਸਾਂ, ਜੋ ਗਰੀਬ ਬੱਚੇ ਆ ਉਹਨਾਂ ਦੀਆਂ ਤਾਰੀਆਂ ਜਾਂਦੀਆਂ ਸੀ, ਦਾਨੀ ਸੱਜਣਾ ਵੱਲੋਂ ਸਿੱਧਾ ਹੀ ਸੰਪਰਕ ਹੁੰਦਾ ਸੀ ਕਾਲਜ ਦੇ ਨਾਲ। ਜਿਵੇਂ ਚਵਿੰਡਾ ਦੇਵੀ ਦੇ ਵਿੱਚ 13 ਬੱਚੇ ਜਿਹੜੇ ਆ ਪੜ੍ਹ ਰਹੇ ਆ, ਉਹਨਾਂ ਦਾ ਸਿੱਧਾ ਸੰਪਰਕ ਪ੍ਰਿੰਸੀਪਲ ਕੋਲ ਤੁਸੀਂ ਲੈ ਸਕਦੇ ਆ। ਇਹ ਬਾਬਾ ਨਾਮ ਦੇ ਪਬਲਿਕ ਸਕੂਲ ਦੇ ਵਿੱਚ ਇੱਥੋਂ ਪ੍ਰਿੰਸੀਪਲ ਤੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਸਿੱਧਾ ਸੰਪਰਕ ਹੁੰਦਾ ਸੀ, ਅਤੇ ਉਹ ਸਿੱਧੀ ਉਹ ਸੇਵਾ ਕਰਵਾਉਂਦੇ ਸੀ। ਉਹਨਾਂ ਬੱਚਿਆਂ ਦਾ ਭਵਿੱਖ ਜੋ ਆ ਉਹ ਖਤਰੇ ਦੇ ਵਿੱਚ ਆ, ਤੇ ਜੋ ਸਾਨੂੰ ਇਹ ਲੱਗ ਰਿਹਾ ਕਿ ਅੰਮ੍ਰਿਤਪਾਲ ਦੇ ਨਾਲ ਜੁੜਨ ਦੇ ਨਾਲ, ਜਿਵੇਂ ਕਿ ਇਹ ਪਹਿਲਾਂ ਵੀ ਨਸ਼ਾ ਵਿਰੋਧੀ ਮੁਹਿੰਮ ਇਹਨਾਂ ਨੇ ਚਲਾਈ ਆ ਕਿ ਸਾਡੇ ਪਿੰਡ 1 ਤੰਬਾਕੂ ਦੀ ਪੁੜੀ ਮਿਲਣੀ ਵੀ ਔਖੀ ਹੋ ਗਈ ਸੀ, ਉਹਦੇ 'ਤੇ ਕਰਕੇ ਇਹਨਾਂ ਨੇ ਇਹ ਹੌਲੀ ਹੌਲੀ ਕਰਕੇ ਸਾਡੇ 'ਤੇ ਪਰਚੇ ਪਾਉਂਦੇ ਰਹੇ ਆ। ਹੁਣ ਅੰਮ੍ਰਿਤਪਾਲ ਦੇ ਨਾਲ ਵੀ ਤਾਂ ਹੀ ਜੁੜੇ ਕਿ ਉਹ ਨਸ਼ੇ ਜਿਹੜੇ ਬੰਦ ਕਰਾ ਰਹੇ ਸੀ।